ਹੈਲੋ। हेलो। हाँ ਹਾਂਜੀ ਭਾਈ, ਨਿੰਮਾ ਬੋਲਦਾ ਜੀ। जी हाँ जी निम्मा सिंह की हाल चाल है। ਵਧੀਆ ਵਧੀਆ ਭਾਈ ਜੀ। ਭਾਈ ਜੀ, ਵੋਟ ਕਿਹਨੂੰ ਪਾਈ ਐਤਕੀ? ਨਿਰਮਲ ਸਿੰਹ, ਆਜ਼ਾਦ ਹੋਇਆ ਨੂੰ 70 ਸਾਲ ਹੋ ਗਏ ਲੋਕਤੰਤਰ ਨੂੰ, ਹਜੇ ਵੀ ਆਪਾਂ ਨੂੰ ਕਿਸੇ ਤੇ ਪੁੱਛਣਾ ਪੈਂਦਾ ਵੋਟ ਕਿਹਨੂੰ ਪਾਈਏ। ਨਹੀਂ ਨਹੀਂ ਫੇਰ ਵੀ ਭਾਈ ਦੱਸੋ, ਤੁਹਾਨੂੰ ਪਤਾ ਹੁੰਦਾ ਤੁਸੀਂ ਜਿਆਦਾ ਸਿਆਣੇ ਆ। ਚੱਲ ਜੇ ਮੇਰਾ ਮਾਣ ਰੱਖਦਾ ਤਾਂ ਬਾਈ ਸਿੰਘ 70 ਸਾਲ ਹੋ ਗਏ ਆਜ਼ਾਦ ਹੋਇਆ ਨੂੰ, ਜਿਨ੍ਹਾਂ ਨੇ ਹੁਣ ਤੱਕ ਰਾਜ ਕਰਿਆ ਉਹਨਾਂ ਨੇ ਤਾਂ ਕੋਈ ਸਵਾਹ ਅੜਾਈ ਨਹੀਂ। ਸਵਾਹ ਐਤਕੀ ਭਾਈ ਕਿਸੇ ਨਵੇਂ ਜੀ ਨੂੰ ਮੌਕਾ ਦੇ ਕੇ ਦੇਖ ਲਓ, ਸ਼ਾਇਦ ਕੁਛ ਕਰੇ ਜਾਵੇ ਫਾਇਦਾ। ਕਿਹਨੂੰ ਪਾਈਏ ਜੀ ਫੇਰ ਵੀ, ਨਵਾਂ ਕਿਹੜਾ? ਨਵਾਂ ਦੇਖ ਲਓ ਕੋਈ ਇਮਾਨਦਾਰ ਜੇ ਬੰਦੇ, ਹੁਣ ਇੰਨਾ ਕੁ ਤਾਂ ਸੋਚਣਾ ਆਪਾਂ ਨੂੰ ਚਾਹੀਦਾ। ਜਿਹੜੀਆਂ 2-3 ਪਾਰਟੀਆਂ ਦੀ ਸਰਕਾਰ ਬਣਦੀ ਹੈ ਉਹਨਾਂ ਵਿੱਚੋਂ ਚੰਗੇ ਬੰਦੇ ਲੱਭ ਲਓ, ਚੰਗੀ ਪਾਰਟੀ ਕਿਹੜੀ ਲੱਗਦੀ ਉਹਨੂੰ ਪਾ ਲਓ। ਸੋ ਨਵੇਂ ਜਿਹਾ ਨੂੰ ਜੇ ਮੌਕਾ ਦਊਂਗੇ, ਜੇ ਬਹੁਤਾ ਚੰਗਾ ਨਹੀਂ ਕਰਨਗੇ ਤਾਂ ਇਹਨਾਂ ਜਿੰਨਾ ਮਾੜਾ ਵੀ ਨਹੀਂ ਕਰਨਗੇ। ਠੀਕ ਹੈ ਭਾਈ, ਆ ਗਈ ਸਮਝ। ਚੱਲ ਜੇ ਸਮਝ ਆ ਗਈ ਫਿਰ ਦੱਬ ਨਹੀਂ ਬਟਣਾ।